ਭਾਰਤੀ ਜਨਤਾ ਪਾਰਟੀ ਦੇ ਨੇਤਾ ਡਾਕਟਰ ਰਾਜਕੁਮਾਰ ਵਿਰਕਾ ਵੱਲੋਂ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਨਾ ਤਾਂ ਅਮਨ ਕਾਨੂੰਨ ਹੈ ਤੇ ਨਾ ਹੀ ਪੰਜਾਬ ਵਿੱਚ ਕੋਈ ਸਰਕਾਰ ਨਜ਼ਰ ਆਉਂਦੀ ਹੈ। ਡਾਕਟਰ ਰਾਜਕੁਮਾਰ ਵਿਰਕਾ ਨੇ ਤਾੜਨਾ ਦਿੰਦੇ ਹੋਏ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਵਿਜੀਲੈਂਸ ਦਾ ਦੁਰਪਯੋਗ ਨਾ ਕਰਨ, ਨਹੀਂ ਤਾਂ 2 ਸਾਲ ਬੀਤ ਚੁੱਕੇ ਹਨ ਅਤੇ 3 ਸਾਲ ਬਾਅਦ ਉਹਨਾਂ ਦਾ ਵੀ ਸਮਾਂ ਜ਼ਰੂਰ ਆਵੇਗਾ। ਉੱਥੇ ਹੀ ਡਾਕਟਰ ਰਾਜਕੁਮਾਰ ਵਿਰਕਾ ਨੇ 2024 ਵਿੱਚ ਹੋਣ ਵਾਲੀਆਂ ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਠੋਕ ਦਿੱਤਾ ਹੈ। ਡਾਕਟਰ ਵਿਰਕਾ ਨੇ ਕਿਹਾ ਕਿ ਇਹ ਸੀਟਾਂ ਜਿੱਤਣ ਵਾਸਤੇ ਅਸੀਂ ਅੱਜ ਤੋਂ ਹੀ ਸ਼ੁਰੂਆਤ ਕਰ ਦਿੱਤੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ। 2024 ਸਿਰ ਤੇ ਹੈ, ਉਹ ਇਲੈਕਸ਼ਨ ਜਿੱਤਣਾ ਹੈ ਔਰ 13 ਦੀਆਂ 13 ਪਾਰਲੀਮੈਂਟ ਜਿੱਤਣੀਆਂ, ਉਹਦੇ ਲਈ ਪੂਰੀ ਤਰ੍ਹਾਂ ਇੱਕ ਇੱਕ ਵਰਕਰ ਤਿਆਰੀ ਕਰ ਰਿਹਾ ਔਰ ਇਸੇ ਤਿਆਰੀ ਦੇ ਸੰਬੰਧ 'ਚ ਇਹਨੂੰ ਦੇਖਿਆ ਜਾਣਾ ਚਾਹੀਦਾ ਔਰ ਅਸੀਂ ਤਿਆਰ ਹਾਂ। ਯਾਰ ਨਖਿੱਧ ਸਰਕਾਰ ਹੀ ਨਿਕੰਮੀ ਸਰਕਾਰ ਆ, ਉਹਨੂੰ ਦੇਖਦਾ ਹੀ ਕੋਈ ਨਹੀਂ ਪਿਆ, ਹੁਣ ਉਹ ਆਪੇ ਦੇਖੀ ਜਾਂਦਾ ਆਪੇ ਖੁਸ਼ ਹੋਈ ਜਾਂਦਾ। ਲੇਕਿਨ ਮਨਪ੍ਰੀਤ ਸਿੰਘ ਬਾਦਲ ਨੂੰ ਜਿੱਦਾਂ ਵਿਜੀਲੈਂਸ ਕੋਲ ਸੱਦਿਆ ਗਿਆ, ਉਹਨੇ ਜਵਾਬ ਦਿੱਤਾ, ਕਹਿੰਦੇ ਕਿ ਜਦੋਂ ਕੋਈ ਵੀ ਜਿਹੜੀ ਆ ਕਮੀ ਉਹ ਨਾ ਛੱਡਣ, ਭਗਵੰਤ ਮਾਨ ਹਰ ਇੱਕ ਜਿਹੜਾ ਵੀ ਪੈਂਤਰਾ ਜਮਾਉਣਾ ਚਾਹੁੰਦੇ ਉਹ ਜਮਾ ਲੈਣ। ਮੈਂ ਸਮਝਦਾ ਕਿ ਇਹ ਸਰਕਾਰ ਹੁਣ ਘਟੀਆ ਨੀਤੀਆਂ ਦੇ ਉੱਪਰ, ਘਟੀਆ ਹਰਕਤਾਂ ਦੇ ਉੱਪਰ ਉਤਰੀ ਹੈ, ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਇਹ ਵੀ ਦੇਖਣਾ ਚਾਹੀਦਾ ਕਿ ਟਾਈਮ ਤੁਹਾਡਾ ਵੀ ਆਉਣਾ ਆ, 2 ਸਾਲ ਬੀਤ ਗਏ, 3 ਤੁਹਾਡੇ ਬਾਕੀ ਰਹਿ ਗਏ ਅਤੇ ਤੁਹਾਡੇ ਪਾਪਾਂ ਦਾ ਵੀ ਹਿਸਾਬ ਹੋਣਾ, ਇਹ ਕਿਸੇ ਭੁਲੇਖ ਜਾਣਾ ਰਹਿਣਾ। ਨਹੀਂ 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 ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵਿਰੋਧੀ ਧਿਰਾਂ ਨੇ ਫਰੰਟ ਬਣਾਇਆ ਉਹ ਤਾਂ ਆਪੋ 'ਚ ਹੀ ਉਹਨਾਂ ਦੇ ਫਰੰਟ ਜੇ ਖੁੱਲ੍ਹਣੇ ਆ, ਇਹਨੇ ਸਾਡੇ ਸਾਹਮਣੇ ਪਹਿਲੇ ਫਰੰਟ, ਬਾਅਦ 'ਚ ਦੀ ਗੱਲ ਹੈ, ਪਹਿਲੇ ਆਪਣੇ ਫਰੰਟ ਖੋਲ੍ਹ ਲੈਣ ਇੱਕ ਦੂਸਰੇ ਦੇ ਖਿਲਾਫ਼, ਫਿਰ ਗੱਲ ਕਰ ਲੈਣ। ਜੋ ਹਾਲਾਤ ਖੜਾਂ ਦੇ ਬਣੇ ਹੋਏ ਲੱਗਦਾ ਕਿ ਕੇਂਦਰ ਨੂੰ ਵੱਡਾ ਪੈਕੇਜ ਦੇਣ ਦੀ ਜ਼ਰੂਰਤ ਹੈ। ਬਈ ਕੇਂਦਰ 'ਤੇ ਪੈਕੇਜ ਦੇਣ ਲਈ ਤਿਆਰ ਆ, ਲੇਕਿਨ ਉਹ ਲੈਣ ਲਈ ਤਿਆਰ ਨਹੀਂ ਹੈਗਾ ਭਗਵੰਤ ਮਾਨ। ਉਹ ਕਹਿੰਦਾ ਲੋੜ ਹੀ ਨਹੀਂ ਸਾਨੂੰ, ਸਾਡੇ ਕੋਲ ਤਾਂ ਪੈਸਾ ਹੀ ਬੜਾ, ਲੇਕਿਨ ਅਜੇ ਕਿਸੇ ਨੂੰ ਕੋਈ ਭਾਈ ਕੌੜੀ ਨਹੀਂ ਦਿੱਤੀ, 1-2 ਰੁਪਈਏ ਨਹੀਂ ਦਿੱਤੇ ਕਿਸੇ ਨੂੰ। ਔਰ ਅੱਜ ਲੋਕ ਇਹ ਦੇਖ ਰਹੇ ਹੈ ਕਿ ਜਿਸ ਤਰੀਕੇ ਦੀ ਸਰਕਾਰ ਕੰਮ ਕਰ ਰਹੀ ਹੈ, ਇਹਨਾਂ ਦੀ ਲੋਕ ਮਾਰੂ ਨੀਤੀਆਂ, ਲੋਕ ਹਤੈਸ਼ੀ ਨੀਤੀ ਨਹੀਂ ਹੈ। ਪੰਜਾਬ ਵਿੱਚ ਅਮਨ ਕਾਨੂੰਨ ਨੂੰ ਕਿੱਦਾਂ ਦੇਖਦੇ? ਬਹੁਤ ਬੁਰਾ ਹੈ, ਤੁਸੀਂ ਦੇਖਣ ਡੇ ਰੋਜ਼ ਤੁਹਾਡੀਆਂ ਖਬਰਾਂ ਮੈਂ ਸੁਣਦਾ ਰਹਿੰਦਾ, ਕਿਤੇ ਲੁੱਟਾਂ ਖੋਹਾਂ ਹੋ ਗਈਆਂ, ਕਿਤੇ ਕਤਲੋਗਾਰਦ ਹੋ ਗਿਆ, ਕਿਤੇ ਗੈਂਗਸਟਰ ਵਾਰ ਹੋ ਗਿਆ, ਇਹ ਸਾਰਾ ਦਿਨ ਦਾ ਹੀ ਇਹ ਧੰਦਾ ਹੋਈ ਹੈ।